ਅੱਛਤੇ ਮੈਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਇਸ ਬੁਲਟਨ ਦਾ ਆਗਾਜ਼ ਕਰਾਂਗੇ ਪੰਜਾਬ ਕਾਂਗਰਸ ਨਾਲ ਜੁੜੀ ਹੋਈ ਵੱਡੀ ਖਬਰ ਦੇ ਨਾਲ ਦੱਸ ਦਈਏ ਕਿ ਅੱਜ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਸ਼ਾਮ 5 ਵਜੇ ਮੀਟਿੰਗ ਹੋਵੇਗੀ ਇਸ ਤੋਂ ਪਹਿਲਾਂ ਦੱਸ ਦਈਏ ਕਿ ਪੰਜਾਬ ਦੇ 40 ਵਿਧਾਇਕਾਂ ਵੱਲੋਂ ਕੈਪਟਨ ਦੇ ਖਿਲਾਫ ਚਿੱਠੀ ਲਿਖ ਕੇ ਇੱਕ ਮੰਗ ਪੱਤਰ ਆਪਣੇ ਹਾਈਕਮਾਂਡ ਨੂੰ ਭੇਜਿਆ ਗਿਆ ਸੀਗਾ ਤੇ ਇਸ ਤੇ ਕਾਰਵਾਈ ਕਰਦੇ ਹੋਏ ਹਾਈਕਮਾਂਡ ਵੱਲੋਂ ਅੱਜ ਸੀਐਲਏ ਮੀਟਿੰਗ ਸੀਐਲਪੀ ਮੀਟਿੰਗ ਜਿਸ ਦੀ ਮੰਗ ਕੀਤੀ ਜਾ ਰਹੀ ਸੀਗੀ ਕਾਫੀ ਸਮੇਂ ਤੋਂ ਉਹ ਅੱਜ ਰੱਖੀ ਗਈ ਹੈ ਵਿਧਾਇਕ ਦਲ ਦੀ ਮੀਟਿੰਗ ਰੱਖੀ ਗਈ ਹੈ ਤੇ ਦੱਸ ਦਈਏ ਕਿ ਅੱਜ ਕੋਈ ਵੱਡਾ ਫੇਰ ਬਦਲ ਪੰਜਾਬ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਦੱਸ ਦਈਏ ਕਿ ਅੱਜ ਪੰਜਾਬ ਕਾਂਗਰਸ ਦੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ ਕਿ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਆਪੋ ਆਪਣੇ ਜੋ ਦੋ ਧੜੇ ਪੰਜਾਬ ਕਾਂਗਰਸ ਦੇ ਵਿੱਚ ਬਣੇ ਹੋਏ ਨੇ ਲਗਾਤਾਰ ਖੁੱਲ ਕੇ ਸਾਹਮਣੇ ਵੀ ਆਉਂਦੇ ਨੇ ਇੱਕ ਸਿੱਧੂ ਧੜਾ ਤੇ ਦੂਸਰਾ ਕੈਪਟਨ ਧੜਾ ਆਪਸੀ MLA ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਹੁਣ ਤੋਂ ਸ਼ੁਰੂ ਤੋਂ ਹੀ ਦੱਸ ਦਈਏ ਕਿ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਤੇ ਲੋਕ MLA ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਦੱਸ ਦਈਏ ਕਿ ਸ਼ਾਮ 5 ਵਜੇ ਦਾ ਸਮਾਂ ਹੈ ਤੇ 5 ਵਜੇ ਇੱਕ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਹੁਣ ਦੇਖਣਾ ਹੋਵੇਗਾ ਇਸ ਮੀਟਿੰਗ ਤੋਂ ਬਾਅਦ ਕੀ ਕੁਝ ਹਾਈਕਮਾਂਡ ਵੱਡਾ ਫੇਰ ਬਦਲ ਕਰਦੀ ਹੈ ਕਿਸ ਨੂੰ ਸਰਕਾਰ ਦੇ ਵਿੱਚ ਵੱਡੀ ਜਗ੍ਹਾ ਮਿਲਦੀ ਹੈ ਤੇ ਕਿਸ ਦੀ ਛੁੱਟੀ ਹੁੰਦੀ ਹੈ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਅੱਜ ਸ਼ਾਮ ਹੋਣ ਜਾ ਰਹੀ ਹੈ ਅੱਜ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਹੈ ਤੇ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਕਾਂਗਰਸ ਦੇ ਵਿੱਚ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡੀ ਹਲਚਲ ਪੈਦਾ ਹੋ ਚੁੱਕੀ ਹੈ ਵਿਧਾਇਕ ਦਲ ਦੀ ਮੀਟਿੰਗ ਬੀਤੇ ਕੱਲ੍ਹ ਕੈਪਟਨ ਖਿਲਾਫ 40 ਵਿਧਾਇਕਾਂ ਵੱਲੋਂ ਦੱਸ ਦਈਏ ਕਿ ਇੱਕ ਮੰਗ ਪੱਤਰ ਚਿੱਠੀ ਲੈ ਕੇ ਹਾਈਕਮਾਂਡ ਨੂੰ ਮੀਟਿੰਗ ਸੱਦਣ ਦੀ ਗੱਲ ਆਖੀ ਗਈ ਸੀ ਵਿਧਾਇਕ ਦਲ ਦੀ ਤੇ ਅੱਜ ਸ਼ਾਮ 5 ਵਜੇ ਉਹ ਮੀਟਿੰਗ ਹੈ ਤੇ ਇੱਕ ਵੱਡੀ ਮੀਟਿੰਗ ਸਾਬਤ ਹੋਣ ਜਾ ਰਹੀ ਹੈ ਇਸ ਦੇ ਉੱਤੇ ਦੇਖਣਾ ਹੋਵੇਗਾ ਹੁਣ ਆਪਸੀ ਕਲੇਸ਼ ਜੋ ਕਾਂਗਰਸ ਦਾ ਹੈ ਉਹ ਕਿਸ ਵੱਲ ਜਾਂਦਾ ਹੈ ਤੇ ਕਿਹੜੇ ਮੋੜ ਵੱਲ ਜਾਂਦਾ ਹੈ ਸਾਡੇ ਨਾਲ ਜੁੜ ਚੁੱਕੇ ਹਨ ਚੰਡੀਗੜ੍ਹ ਤੋਂ ਅਰੁਣ ਅਹੁਜਾ ਜੀ ਅਰੁਣ ਕੀ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਮੀਟਿੰਗ ਬਾਰੇ ਜੀ ਪ੍ਰਿੰਸ ਬਿਲਕੁਲ ਇੱਕ ਵੱਡਾ ਇੱਕ ਕਿਹਾ ਜਾ ਸਕਦਾ ਇੱਕ ਧਮਾਕਾ ਵੀ ਹੋ ਸਕਦਾ ਇੱਕ ਮਿਸਾਈਲ ਵੀ ਕਹੀ ਜਾ ਸਕਦੀ ਹੈ ਡਿੱਗ ਸਕਦੀ ਹੈ ਦੇਖਣਾ ਹੋਵੇਗਾ ਕਿ ਇਹ ਮਿਸਾਈਲ ਸੁੱਕੀ ਨਿਕਲਦੀ ਹੈ ਜਾਂ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੇਂ ਦੌਰ ਵੱਲ ਲੈ ਕੇ ਜਾਂਦੀ ਹੈ ਕਿਉਂਕਿ ਕਾਂਗਰਸ ਦੇ ਇਤਿਹਾਸ ਵਿੱਚ ਕਦੇ ਵੀ ਇਸ ਤਰ੍ਹਾਂ ਟਵੀਟ ਕਰਕੇ ਵਿਧਾਇਕ ਦਲ ਦੀ ਐਮਰਜੈਂਸੀ ਮੀਟਿੰਗ ਨਹੀਂ ਸੱਦੀ ਗਈ ਇਹ ਪਹਿਲੀ ਵਾਰ ਹੈ ਕਿ ਵਿਧਾਇਕ ਦਲ ਦੇ ਮੁਖੀ ਵੱਲੋਂ ਨਹੀਂ ਬਲਕਿ ਹਾਈਕਮਾਂਡ ਵੱਲੋਂ ਮੀਟਿੰਗ ਦਾ ਸੱਦਾ ਜਿਹੜਾ ਵਿਧਾਇਕਾਂ ਨੂੰ ਦਿੱਤਾ ਗਿਆ ਦੋ ਰਾਤ ਟਵੀਟ ਕਰਕੇ ਸੱਦਾ ਦਿੱਤਾ ਗਿਆ ਤੇ ਜਿਸਦੇ ਨਾਲ ਬਹੁਤ ਸਾਰੇ ਵਿਧਾਇਕਾਂ ਦੀਆਂ ਨਿੰਦਾ ਵੀ ਉੱਡ ਗਿਆ ਸੀ 18 ਸੂਤਰੀ ਜਿਹੜਾ ਏਜੰਡਾ ਸੀਗਾ ਉਸ ਚੀਜ਼ ਨੂੰ ਲੈ ਕੇ ਇੱਕ ਵੱਡਾ ਜਿਹੜਾ ਵਿਵਾਦ ਛਿੜਿਆ ਹੋਇਆ 40 ਵਿਧਾਇਕਾਂ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਮੁਖਾਲਫਤ ਕੀਤੀ ਹੈ ਹਾਈਕਮਾਂਡ ਦੇ ਕੋਲ ਜੋ ਵੀ ਸਕਦਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਬੇਭਰੋਸਗੀ ਮਤਾ ਵੀ ਪੇਸ਼ ਕੀਤਾ ਜਾਵੇ ਕੀ ਹੋਵੇਗੀ ਰਿਪੋਰਟ ਇਹ ਮੀਟਿੰਗ ਤੋਂ ਬਾਅਦ ਪਤਾ ਚੱਲੇਗਾ ਕਿਉਂਕਿ ਪ੍ਰਿੰਸ ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਭਵਨ ਦੇ ਵਿੱਚ ਆਪਣੇ ਧੜੇ ਦੇ ਵਿਧਾਇਕਾਂ ਮੰਤਰੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਸਿਸਵਾ ਫਾਰਮ ਹਾਊਸ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਧੜੇ ਦੇ ਜਿਹੜੇ ਵਿਧਾਇਕ ਹੈਗੇ ਨੇ ਉਹ ਬੁਲਾਰੇ ਸ਼ੁਰੂ ਕਰ ਦਿੱਤੇ ਨੇ ਤੇ ਵਿਧਾਇਕ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਇਹ ਦੇਖਣਾ ਹੋਵੇਗਾ ਕਿ ਕੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਇੱਕ ਸਭ ਤੋਂ ਵੱਡੀ ਗੱਲ ਅਹਿਮ ਇਹ ਵੀ ਹੈਗੀ ਹੈ ਕਿ ਕਾਂਗਰਸ ਹਾਈਕਮਾਂਡ ਨੇ ਦੋ ਜਿਹੜੇ ਅਬਜ਼ਰਵਰ ਹੈਗੇ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਦਿੱਲੀ ਤੋਂ ਸਪੈਸ਼ਲ ਭੇਜੇ ਹੈਗੇ ਨੇ ਕਿਉਂਕਿ ਹਰੀਸ਼ ਰਾਵਤ ਜੀ ਦੀ ਮੁਖਾਲਫਤ ਜਿਹੜੀ ਕੈਪਟਨ ਧੜੇ ਦੇ ਜਿਹੜੇ ਕੁਝ ਵਿਧਾਇਕਾਂ ਵੱਲੋਂ ਕੀਤੀ ਗਈ ਸੀਗੀ ਸਿੱਧੂ ਧੜੇ ਦੇ ਵਿਧਾਇਕਾਂ ਵੱਲੋਂ ਵੀ ਤਾਂ ਕਿ ਹਰੀਸ਼ ਰਾਵਤ ਨੂੰ ਬਦਲਿਆ ਜਾਵੇ ਇਹ ਵੀ ਹੋ ਸਕਦਾ ਕਿ ਇਸ ਤੋਂ ਬਾਅਦ ਕਿਉਂਕਿ ਹਰੀਸ਼ ਰਾਵਤ ਦਾ ਜਿਹੜਾ ਸਟੇਟ ਹੈਗੀ ਆ ਉੱਤਰਾਖੰਡ ਜਿੱਥੇ ਉਹ CM ਰਹਿ ਚੁੱਕੇ ਨੇ ਉੱਥੇ ਵੀ ਜਿਹੜੀ ਚੋਣਾਂ ਜਿਹੜੀਆਂ ਸਰਗਰਮੀਆਂ ਹੈਗੀਆਂ ਨੇ ਤੇਜ਼ ਹੋ ਚੁੱਕੀਆਂ ਨੇ ਤੇ 2022 ਦੇ ਵਿੱਚ ਉੱਥੇ ਵੀ ਚੋਣਾਂ ਨੇ ਤੇ ਇਸ ਕਰਕੇ ਰੁੱਝੇ ਹੋਣ ਕਰਕੇ ਇਹ ਵੀ ਹੋ ਸਕਦਾ ਕਿ ਉਹਨਾਂ ਦੀ ਥਾਂ ਤੇ ਹਰੀਸ਼ ਚੌਧਰੀ ਨੂੰ ਜਿਹੜਾ ਦੁਬਾਰਾ ਇੱਥੇ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਲਗਾਇਆ ਜਾ ਸਕਦਾ ਚਰਚਾਵਾਂ ਚੱਲ ਰਹੀਆਂ ਨੇ ਜੀ ਪ੍ਰਿੰਸ ਜੀ ਜੀ ਗੱਲ ਕਰਾਂਗੇ ਅਰੁਣ ਜਿਸ ਤਰ੍ਹਾਂ ਦੀਆਂ ਜੋ
जो विरोधी धड़ा एक तरह कह सकते हैं कैप्टन का विरोधी धड़ा है वह खुल के सामने आ रहा है तो कितने ना कितने अविश्वास प्रस्ताव की तैयारी भी इतने देखने को मिल रही है क्योंकि उन्होंने सीएम कैप्टन के उत्ते विश्वास नहीं आ रहा जिस तरह कई बार सुखजिंदर रंधावा मंत्री भी शरेआम कह चुके ने मीडिया के कह चुके ने कि वह साड़िया उम्मीदा के खरे नहीं उतरे ने इस लैके भी कोई वड्डा फेरबदल हो सकता है देखो पुलिस सब तो वड्डा फेरबदल जिहड़े कयास लग रहे ने पांच महीने के करीब समा रह चुका है थोनू दसना चाहांगा कि सीएम बनन दे भी कुछ लीडर हैगे ने जिहड़े इस रेस दे विच शामिल ने सब तो पहला नंबर सुखजिंदर सिंह रंधावा का सामने आ रहा उस तो बाद तृप्त रजिंदर बाजवा का भी नाम सामने आ रहा तो इस तो अलावा जेकर सांझे तौर पर जो कोई सीएम बनाया जाता तो यह भी हो सकता कि बीबी रजिंदर कौर भट्ठल जिहड़े पहला भी सीएम रह चुके ने पंजाब दे ते लाल सिंह जिहड़े चेयरमैन ने मंडी बोर्ड दे वो भी सीएम बन सकते ने डिपेंड करता है कि अज की मीटिंग की जिहड़ी की रिपोर्ट वो की तैयार होंदी हैगी है क्योंकि पूरे चार्ज बने हुए हैं कि कैप्टन अमरिंदर सिंह के खिलाफ बेभरोसगी मता पेश उस तो बाद पेश होने तो बाद प्रोसैस होंदा उस प्रोसैस तो बाद जिहड़ी सीएम की कुर्सी साफ तौर पर दिखाई दे रही है खतरे के विच हैगी है इन्ना जरूर हैगा प्रेस जेकर बेभरोसगी मता पेश होंदा तो बहुत वड्डा एक इतिहास होवेगा तो सीएम इको दम बिल्कुल चोणां तो पहला बदलिया जाना एक बहुत वड्डी गल होवेगी पंजाब की राजनीति दे विच एक वड्डा फेरबदल होवेगा असीं सिर्फ हुण तक कैबिनेट मंत्रियों के फेरबदल दीआं गल्लां करदे सी परंतु अज जिहड़ी तत्काल मीटिंग बुलाई गई है उसके विच साफ तौर पर यह अनुमान लगाया जा रहा है कि कैप्टन अमरिंदर सिंह की जिहड़ी सीएम की कुर्सी हैगी है वो खुद खतरे के विच हैगी है जेकर इदां दा कोई फेरबदल होंदा है तां बहुत वड्डी जिहड़ी आशंका जिहड़ियां जताईआं जा रहीआं सी पंजाब की राजनीति दे विच वो खुल के उभर के सामने आउणगीआं इस तों इलावा प्रिंस राज सभा मैंबर शमशेर सिंह दुल्लों भी लगातार मंग कर चुके ने हाईकमान तो कि पंजाब पंजाब दे विच कांग्रेस हाईकमान दलित चेहरे नूं सीएम क्यों नहीं अनाउंस करदी दलित चेहरा क्योंकि वह खुद दलित कास्ट तो आते हैं इस करके वो खुद कैप्टन अमरिंदर सिंह के खिलाफ शुरू तो लगातार जिहड़े उन्हां ते कसीदे करते आए हैं तो अज की मीटिंग काफी अहम होने वाली है असीं भी सिसवां फार्म विखे मौजूद है सिसवां फार्म के जिहड़ा विधायकों का इतने पहुंचना शुरू हो चुका है तो कैप्टन अमरिंदर सिंह ते उन्हां दे धड़े दे विधायकों वल्लों की नीति तैयार होवेगी मीटिंग के जेकर बेभरोसगी मता पेश होंदा है तां उसनूं रोकण लई कैप्टन अमरिंदर सिंह दे धड़े दे विधायकों वल्लों की अहम कदम चुकया जांदा यह मीटिंग दे विच अहम होवेगा बेशक मीटिंग दे विच असीं नहीं दखल दे सकते मीडिया नहीं दखल दे सकदा परंतु बाद दे विच इस स्थिति जिहड़ी हैगी है स्पष्ट हो जाएगी आखिर मीटिंग दे विच होया की है क्योंकि क्योंकि हरीश रावत दा काफी विरोध भी हो चुका सीगा ते अज इसे करके राहुल गांधी दे काफी करीबी मन्ने जांदे हरीश चौधरी ते अजय माकन वो खुद इस मीटिंग दे विच पहुंच रहे ने इस करके दिल्ली दीआं निगाहां जिहड़ियां ने अज पंजाब कांग्रेस दी इस विधायक दल दी मीटिंग ते टिकियां होईआं ने जी 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 धन्यवाद अरुण सारी जानकारी देने लिए सोए सन साढ़े पत्रकार चंडीगढ़ तो अरुण आहूजा जिन्होंने सारी जानकारी दी है दस दिए कि अज की मीटिंग बहुत अहम होने वाली है कितना कितने एक वड्डा फेरबदल पंजाब कांग्रेस के देखने को मिल सकता है जेकर 40 विधायकों वालों अविश्वास प्रस्ताव अपने ही कैप्टन अमरिंदर के खिलाफ आता है तो कितना कितने कोई वड्डा धमाका पंजाब कांग्रेस के देखने को मिल सकता है दस दिए कि पिछले काफ़ी समय तो सिद्धू और कैप्टन के आपसी जो तकरारा सामने खुल के सामने आ रही सन।